ਸਾਡੇ ਕੋਲੇ ਵੀਜ਼ੇ ਹੈਗੇ ਨਹੀਂ ਦਿਖਾਉਣ ਨੂੰ ਵੀ ਆਹ ਦੇਖੋ ਸਾਡੇ ਕੋਲੇ ਵਿਦਾਊਟ ਆਇਲਸ ਬੱਚਿਆਂ ਦੇ ਵੀਜ਼ੇ ਆਏ ਨੇ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਾ ਦਾ ਬਹੁਤ-ਬਹੁਤ ਸਵਾਗਤ ਹੈ ਇਮੀਗ੍ਰੇਸ਼ਨ ਇਨਸਾਈਟਸ ਵੱਲੋਂ ਮਨਦੀਪ ਤੁਸੀਂ ਦੇਖ ਰਹੇ ਹੋ ਇਸ ਪ੍ਰੋਗਰਾਮ ਦੇ ਤਹਿਤ ਐਕਸਪਰਟਸ ਮੌਜੂਦ ਹੁੰਦੇ ਨੇ ਮੇਰੇ ਨਾਲ ਜਿਹੜੇ ਤੁਹਾਨੂੰ ਵਿਦੇਸ਼ਾਂ ਨੂੰ ਲੈ ਕੇ ਗਾਈਡ ਕਰਦੇ ਨੇ ਸੋ ਲੜੀ ਨੂੰ ਅੱਗੇ ਤੋਰਦੇ ਹੋਏ ਇੱਕ ਵਾਰ ਫਿਰ ਤੋਂ ਮੇਰੇ ਨਾਲ ਮੌਜੂਦ ਨੇ ਮੈਡਮ ਅਮਨ ਜੀ ਜੋ ਕਿ ਪ੍ਰੋਵਾਈਡਰਸ ਨੂੰ ਰਿਪਰੈਜ਼ੈਂਟ ਕਰਦੇ ਨੇ ਇਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਸ਼ਸ਼ੀਕਾਲ ਜੀ ਸੱਚੀ ਗੱਲ ਹੈ ਠੀਕ ਠਾਕ ਹਾਂ ਵਧੀਆ ਜੀ ਤੁਸੀਂ ਸੁਣਾ ਜੀ ਬਹੁਤ ਵਧੀਆ ਸੋ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਕਰੀਨ ਦੇ ਹੇਠਾਂ ਅਸੀਂ ਨੰਬਰ ਤੁਹਾਡੇ ਨਾਲ ਸਾਂਝੇ ਕਰਦੇ ਪਿਆ ਸਾਡੇ ਇਸ ਪ੍ਰੋਗਰਾਮ ਨੂੰ ਪਿਆਰ ਦੇਣ ਲਈ ਤੁਹਾਡਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਹੈ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡਾ ਜਿਹੜਾ ਵੀ ਮਨ ਸਵਾਲ ਹੈ ਤੁਸੀਂ ਘਰ ਬੈਠੇ ਹੋ ਸੋ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਉਸ ਸਵਾਲ ਦਾ ਜਿਹੜਾ ਤੁਹਾਨੂੰ ਜਵਾਬ ਹੈ ਦੇ ਸਕੀਏ ਇੱਕ ਸਹੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਘਰ ਬੈਠੇ ਮਹੱਈਆ ਕਰਵਾ ਸਕੀਏ ਸੋ ਇਸ ਕਰਕੇ ਅਸੀਂ ਵਕ ਵਕ ਸਵਾਲਾਂ ਦੇ ਉੱਪਰ ਜਿਹੜਾ ਸਮੇਂ ਤੋਂ ਸਮੇਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਨੇ ਆਂ ਅੱਜ ਦੀ ਸਾਡੀ ਜਿਹੜੀ ਚਰਚਾ ਹੈ ਉਹ ਉਹਨਾਂ ਸਟੂਡੈਂਟਸ ਲਈ ਆ ਉਹਨਾਂ ਕੈਂਡੀਡੇਟਸ ਦੇ ਲਈ ਆ ਜੋ ਯੂਐਸਏ ਜਾਣਾ ਚਾਹੁੰਦੇ ਨੇ ਯੂਐਸਏ ਕੌਣ ਜਾ ਸਕਦਾ ਹੈ ਕਿਉਂਕਿ ਯੂਐਸਏ ਇੱਕ ਨਾਰਥ ਇੰਡੀਅਨ ਦੇ ਜਿਹੜਾ ਹੈਗਾ ਕਿ ਮਨ ਚ ਜ਼ਿਆਦਾ ਹੀ ਬਹੁਤ ਜ਼ਿਆਦਾ ਕੁਐਰੀ ਹੈ ਯੂਐਸਏ ਜਾਣ ਨੂੰ ਲੈ ਕੇ ਜਾਣਾ ਬਹੁਤ ਲੋਕ ਚਾਹੁੰਦੇ ਨੇ ਬਟ ਕੀ ਸਹੀ ਰਸਤਾ ਹੈ ਕਿੰਨਾ ਕੁ ਬਜਟ ਲੱਗਦਾ ਹੈ ਕੌਣ ਜਾ ਸਕਦਾ ਕੌਣ ਨਹੀਂ ਜਾ ਸਕਦਾ ਇਹ ਗੱਲਬਾਤ ਜਿਹੜੀ ਹੈ ਅੱਜ ਸਾਡੀ ਰਹੇਗੀ ਔਰ ਅੰਤ ਤੱਕ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਜ਼ਰੂਰ ਦੇਖਿਓ ਬਹੁਤ ਜ਼ਿਆਦਾ ਸਮਾਂ ਤੁਹਾਡਾ ਅਸੀਂ ਨਹੀਂ ਲਵਾਵਾਂਗੇ ਲੇਕਿਨ ਕੋਸ਼ਿਸ਼ ਕਰਾਂਗੇ ਕਿ ਘੱਟ ਤੋਂ ਘੱਟ ਸਮੇਂ ਸ ਤੁਹਾਨੂੰ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਹੈ ਡਿਟੇਲ ਦੇ ਵਿੱਚ ਤੁਹਾਡੇ ਨਾਲ ਅਸੀਂ ਸ਼ੇਅਰ ਕਰੀਏ ਸੋ ਮੈਂ ਸਭ ਤੋਂ ਪਹਿਲਾਂ ਪਹਿਲਾ ਸਵਾਲ ਅਮਨ ਤੁਹਾਨੂੰ ਮੇਰਾ ਇਹੀ ਹੈ ਕਿ ਯੂਐਸਏ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਹੈ ਫਸਟ ਆਫ 올 ਕੌਨ ਯੂਐਸਏ ਜਾਣ ਦੇ ਲਈ ਕੈਪੇਬਲ ਹੈਗਾ ਐਸ ਪਰ ਯੂਅਰ ਐਕਸਪੀਰੀਅੰਸ ਤੁਸੀਂ ਕਿਹਨਾ ਲੋਕਾਂ ਨੂੰ ਗਾਈਡ ਕਰਦੇ ਹੋ ਕਿ ਯੂਐਸਏ ਤੁਹਾਡੇ ਲਈ ਇੱਕ ਅੱਛੀ ਚੋਆਇਸ ਬਣ ਸਕਦਾ ਹੈਗਾ ਤੁਸੀਂ ਯੂਐਸ ਅਪਲਾਈ ਕਰੋ ਵੀਜ਼ਾ ਤੁਹਾਨੂੰ ਮਿਲ ਸਕਦਾ ਹੈ ਦੇਖੋ ਮੈਡਮ ਜਦੋਂ ਯੂਐਸਏ ਦੇ ਸਟੱਡੀ ਵੀਜ਼ੇ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਬੱਚਿਆਂ ਨੂੰ ਅਸੀਂ ਮਨਾਂ ਨਹੀਂ ਕਰਦੇ ਕਿਉਂਕਿ ਪਲੱਸ 2 ਤੋਂ ਬਾਅਦ ਹਰ ਇੱਕ ਬੱਚਾ ਯੂਐਸਏ ਜਾਣ ਲਈ ਐਲੀਜੀਬਲ ਹੋ ਜਾਂਦਾ ਹੈ ਤੁਹਾਡੇ ਲੋਅ ਅਕੈਡਮਿਕਸ ਹੋਣ ਤੁਸੀਂ ਆਇਲਸ ਨਹੀਂ ਕੀਤੀ ਤੁਹਾਡਾ ਗੈਪ ਹੈ ਇਹ ਚੀਜ਼ਾਂ ਬਹੁਤ ਕੱਟ ਮੈਟਰ ਕਰਦੀਆਂ ਨੇ ਯੂ ਐਸ ਏ ਜਾਣ ਲਈ ਯੂ ਐਸ ਏ ਜਾਣ ਲਈ ਬੱਚੇ ਦੀ ਥੋੜੀ ਇੰਗਲਿਸ਼ ਸਹੀ ਹੋਣੀ ਚਾਹੀਦੀ ਹੈ ਕਿਉਂਕਿ ਯੂ ਐਸ ਏ ਜਾਣ ਲਈ ਕੁਝ ਸਰਲ ਜਿਹਾ ਇੰਟਰਵਿਊ ਹੁੰਦਾ ਇੱਕ ਠੀਕ ਹੈ ਉਹ ਇੰਟਰਵਿਊ ਬਹੁਤ ਜ਼ਰੂਰੀ ਹੈ ਹਮ ਕ੍ਰੈਕ ਕਰਨਾ ਯੂਐਸਏ ਜਾਣਾ ਬਿਲਕੁਲ ਆਪਾਂ ਜਦੋਂ ਸੋਸ਼ਲ ਮੀਡੀਆ ਨੂੰ ਸਕਰੋਲ ਕਰਦੇ ਹਾਂ ਤਾਂ ਅਕਸਰ ਯੂਐਸਏ ਨੂੰ ਲੈ ਕੇ ਜਦੋਂ ਵੀ ਗੱਲ ਹੁੰਦੀ ਹੈ ਬਹੁਤ ਸਾਰੇ ਕੰਸਲਟੈਂਟ ਕਹਿੰਦੇ ਇੰਟਰਵਿਊ ਇੰਟਰਵਿਊ ਪਰ ਮੈਡਮ ਦੀ ਗੱਲ ਮੈਨੂੰ ਬਹੁਤ ਸੋਹਣੀ ਲੱਗੀ ਕਿ ਇੱਕ ਸਰਲ ਜਿਹੀ ਜਿਹੜੀ ਇੰਟਰਵਿਊ ਹੈ ਉਹਨੂੰ ਤੁਸੀਂ ਕ੍ਰੈਕ ਕਰਨਾ ਹੈ ਕੁਝ ਇੱਕ ਮਿੰਟਾਂ ਦੀ ਜਿਹੜੀ ਇੰਟਰਵਿਊ ਹੈ ਉਹ ਤੁਹਾਡਾ ਫਿਊਚਰ ਡਿਸਾਈਡ ਕਰ ਸਕਦੀ ਹੈ ਮੈਡਮ ਇੰਟਰਵਿਊ ਦੀ ਪ੍ਰੈਪਰੇਸ਼ਨ ਕਿਸ ਤਰੀਕੇ ਦੇ ਨਾਲ ਹੋ ਸਕਦੀ ਹੈ ਕਿੱਦਾਂ ਦੇ ਸਵਾਲ ਇੰਟਰਵਿਊ ਚ ਪੁੱਛੇ ਜਾਂਦੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਬੇਸਿਕਲੀ ਮੈਮ ਕੀ ਹੁੰਦਾ ਹੈ बच्चे ने वीजा ऑफिसर ਨੂੰ ਕਨਵਿੰਸ ਕਰਨਾ ਹੁੰਦਾ ਹੈ। ਹਮ ਇੰਟਰਵਿਊ ਚ ਬੱਚੇ ਨੇ ਵੀਜ਼ਾ ਆਫੀਸਰ ਨੂੰ ਕਨਵਿੰਸ ਕਰ ਲਿਆ ਹਮ ਤਾਂ ਵੀਜ਼ਾ ਮਿਲ ਜੂਗਾ ਨਹੀਂ ਤਾਂ ਨਹੀਂ ਮਿਲੂਗਾ ਹਮ ਸਰਲ ਜੀ ਇੰਟਰਵਿਊ ਇਸ ਕਰਕੇ ਆ ਕਿ ਉਹਦੇ ਵਿੱਚ ਬਹੁਤ ਜ਼ਿਆਦਾ ਔਖੇ ਸਵਾਲ ਨਹੀਂ ਹੁੰਦੇ ਬਸ ਬੱਚੇ ਦੀ ਸਟੱਡੀ ਦੇ ਰਿਲੇਟਡ ਤੁਸੀਂ ਕਿਹੜਾ ਕੋਰਸ ਕਰਨ ਜਾ ਰਹੇ ਹੋ ਕਿਉਂ ਕਰਨ ਜਾ ਰਹੇ ਹੋ ਤੁਸੀਂ ਇਹੀ ਯੂਨੀਵਰਸਿਟੀ ਕਿਉਂ ਚੂਜ਼ ਕੀਤੀ ਇਹ ਇਹੋ ਜਿਹੇ ਮੈਮ ਕੁਐਸਚਨਸ ਹੁੰਦੇ ਨੇ ਤੇ ਇੰਟਰਵਿਊ ਦੀ ਤਿਆਰੀ ਕਰਵਾਉਣ ਲਈ ਸਾਡੀ ਇੱਕ ਪ੍ਰੋਪਰ ਟੀਮ ਹੈ ਅਸੀਂ ਬੱਚੇ ਨੂੰ ਇੰਟਰਵਿਊ ਦੇ ਕੁਐਸਚਨਸ ਤਾਂ ਤਿਆਰ ਕਰਵਾਉਂਦੇ ਹੀ ਕਰਵਾਉਂਦੇ ਆ ਉਹਦੇ ਨਾਲ ਬੱਚੇ ਨੂੰ ਅਸੀਂ ਇਹ ਵੀ ਦੱਸਦੇ ਹਾਂ ਵੀ ਤੁਸੀਂ ਵੀਜ਼ਾ ਆਫੀਸਰ ਨੂੰ ਕਨਵਿੰਸ ਕਿਵੇਂ ਕਰਨਾ ਹੈ ਵੀ ਵੀਜ਼ਾ ਆਫੀਸਰ ਬੱਚੇ ਤੋਂ ਕੀ ਐਕਸਪੈਕਟ ਕਰ ਰਿਹਾ ਹਾਂ ਠੀਕ ਹੈ 올 ਓਵਰ ਅਸੀਂ ਮੈਮ ਸਾਡੀ ਟੀਮ ਹੈ ਜਿਹੜੀ ਬੱਚੇ ਨੂੰ ਤਿਆਰੀ ਕਰਵਾਉਂਦੀ ਹੈ ਤੇ ਜ਼ਿਆਦਾਤਰ ਕੀ ਹੁੰਦਾ ਕਿ ਇੱਕ ਟ੍ਰੇਨਰ ਜਦੋਂ ਹੁੰਦਾ ਹੈ ਬੱਚੇ ਨੂੰ ਰੋਜ਼ ਤਿਆਰੀ ਕਰਾ ਰਿਹਾ ਬੱਚਾ ਕੰਫਰਟੇਬਲ ਹੋ ਜਾਂਦਾ ਹੈ ਉਸ ਟ੍ਰੇਨਰ ਨਾਲ ਤੇ ਸਾਡੇ ਅਲੱਗ ਅਲੱਗ ਟ੍ਰੇਨਰਸ ਨੇ ਜਿਹੜੇ ਬੱਚੇ ਨੂੰ ਤਿਆਰੀ ਕਰਵਾਉਂਦੇ ਨੇ ਤਾਂ ਕਿ ਨਵੇਂ ਫੇਸ ਦੇ ਸਾਹਮਣੇ ਜਾ ਕੇ ਬੱਚੇ ਨੂੰ ਇੰਟਰਵਿਊ ਦੇ ਵਿੱਚ ਇੰਗਲਿਸ਼ ਬੋਲਣ ਦੀ ਔਖੀ ਨਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਨਾ ਵੀਜ਼ਾ ਅਫਸਰ ਕੇ ਕੌਣ ਹੋਣਾ ਹੈ ਠੀਕ ਹੈ ਇਹ ਵੀ ਚੀਜ਼ ਮੈਨੂੰ ਤੁਹਾਡੀ ਬਹੁਤ ਵਧੀਆ ਲੱਗੀ ਕਿ ਇੱਕ ਜਿਹੜਾ ਟ੍ਰੇਨਰ ਆ ਉਹ ਤੁਹਾਨੂੰ ਟ੍ਰੇਨਿੰਗ ਨਹੀਂ ਕਰਾਉਂਦਾ ਵਕਫ ਵਕਫ ਲੋਕਾਂ ਨਾਲ ਤੁਹਾਨੂੰ ਰੂਬਰੂ ਗੱਲਬਾਤ ਕਰਨ ਦਾ ਮੌਕਾ ਮਿਲਦਾ ਮੈਡਮ ਆਨਲਾਈਨ ਟ੍ਰੇਨਿੰਗ ਵੀ ਕਰਵਾਉਂਦੇ ਹੋ ਤੁਸੀਂ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਸਾਰੇ ਜਿੱਥੇ ਜਿੱਥੇ ਤੁਹਾਡੀਆਂ ਬ੍ਰਾਂਚੇਜ਼ ਨੇ ਸਟੂਡੈਂਟ ਉੱਥੇ ਵਿਜ਼ਿਟ ਕਰ ਸਕਣ ਕਿ ਆਨਲਾਈਨ ਪਲੇਟਫਾਰਮਸ ਦੇ ਜ਼ਰੀਏ ਵੀ ਤੁਸੀਂ ਤਿਆਰੀ ਕਰਵਾਉਂਦੇ ਹੋ ਹਾਂਜੀ ਮੈਡਮ ਬਿਲਕੁਲ ਉਹ ਤਾਂ ਬੱਚੇ ਤੇ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਮੈਂ ਮੋਂ ਆਨਲਾਈਨ ਤਿਆਰੀ ਵੀ ਸਾਡੇ ਟਰੇਨਰਸ ਬਿਲਕੁਲ ਯੂਐਸਏ ਨੂੰ ਲੈ ਕੇ ਕਿਹੜੀ ਕੁਆਰੀ ਹੈ ਕਿ ਕੀ ਗੈਪ ਅਕਸੈਪਟ ਹੋਏਗਾ ਕਿ ਨਹੀਂ ਕਿ ਵਿਦਾਊਟ ਆਲਸ ਵੀਜ਼ਾ ਲੱਗਣਾ ਪੋਸੀਬਲ ਹੈ ਕਿ ਨਹੀਂ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦਾ ਇਹ ਮੰਨਣਾ ਹੈ ਜਾਂ ਸੋਚਣਾ ਹੈ ਕਿ ਸ਼ਾਇਦ ਮਤਲਬ ਕੰਸਲਟੈਂਟ ਇੱਕ ਵਾਰੀ ਸਿਰਫ ਐਡਵਰਟਾਈਜ਼ਮੈਂਟ ਕਰਕੇ ਬੁਲਾ ਲੈਂਦੇ ਨੇ ਔਰ ਆਪਣੀ ਜਿਹੜੀ ਫੀਸ ਆ ਉਹ ਲੈ ਲੈਂਦੇ ਨੇ ਉਸ ਤੋਂ ਬਾਅਦ ਵੀਜ਼ਾ ਲੱਗਣ ਦੇ ਚਾਂਸਸ ਨਹੀਂ ਹੁੰਦੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਵਿਦਾਊਟ ਆਲਸ ਵੀਜ਼ਾ ਲੱਗਦੇ ਨੇ ਗੈਪ ਅਕਸੈਪਟ ਹੁੰਦਾ ਹੈ ਯੂਐਸਏ ਦੇ ਵਿੱਚ ਮੈਡਮ ਤੁਸੀਂ ਦੇਖੋਗੇ ਅਸੀਂ ਕੈਨੇਡਾ ਨੂੰ ਵਿਦਾਊਟ ਆਇਲਸ ਪ੍ਰਮੋਟ ਨਹੀਂ ਕਰਦੇ ਅਸੀਂ ਆਸਟ੍ਰੇਲੀਆ ਨੂੰ ਵਿਦਾਊਟ ਆਇਲਸ ਪ੍ਰਮੋਟ ਨਹੀਂ ਕਰਦੇ ਅਸੀਂ ਸਿਰਫ ਯੂਐਸਏ ਨੂੰ ਹੀ ਵਿਦਾਊਟ ਆਇਲਸ ਕਿਉਂ ਪ੍ਰਮੋਟ ਕਰਦੇ ਹਾਂ ਕਿਉਂਕਿ ਸਾਡੇ ਬੱਚਿਆਂ ਦੇ ਵੀਜ਼ੇ ਆਉਂਦੇ ਨੇ ਵਿਦਾਊਟ ਆਇਲਸ ਠੀਕ ਹੈ ਸਾਡੇ ਕੋਲੇ ਵੀਜ਼ੇ ਹੈਗੇ ਨੇ ਦਿਖਾਉਣ ਨੂੰ ਵੀ ਆਹ ਦੇਖੋ ਸਾਡੇ ਕੋਲੇ ਵਿਦਾਊਟ ਆਇਲਸ ਬੱਚਿਆਂ ਦੇ ਵੀਜ਼ੇ ਆਏ ਨੇ ਓਕੇ ਥੈਟ ਇਜ਼ ਵਾਈ ਅਸੀਂ ਯੂਐਸਏ ਨੂੰ ਪ੍ਰੋਮੋਟ ਕਰਦੇ ਆਂ ਵੀ ਵਿਦਾਊਟ ਆਇਲਸ ਬੱਚਾ ਜਾ ਸਕਦਾ ਓਕੇ ਓਕੇ ਐਂਡ ਜੇ ਆਪਾਂ ਗੱਲ ਕਰੀਏ ਗੈਪ ਦੀ ਤਾਂ ਗੈਪ ਅਕਸੈਪਟ ਹੈ ਪਲੱਸ 2 ਗ੍ਰੈਜੂਏਸ਼ਨ ਤੋਂ ਬਾਅਦ ਕਿੰਨੇ ਸਾਲਾਂ ਦਾ ਜੇ ਮੈਡਮ ਆਪਾਂ ਗੈਪ ਦੀ ਗੱਲ ਕਰੀਏ ਯੂਐਸਏ ਗੈਪ ਅਕਸੈਪਟ ਕਰਦਾ ਆ ਪਰ ਗੈਪ ਦੀ ਪ੍ਰੋਪਰ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਵੀ ਬੱਚੇ ਨੇ ਕੀ ਕੀਤਾ ਜਿਵੇਂ ਕਈ ਵਾਰੀ ਹੁੰਦਾ ਹੈ ਕਿ ਬੱਚਾ ਜੋਬ ਕਰ ਰਿਹਾ ਉਹਨੂੰ ਕੈਸ਼ ਚ ਸੈਲਰੀ ਮਿਲ ਰਹੀ ਆ ਉਹਦਾ ਕੋਈ ਖੇਤੀਬਾੜੀ ਦਾ ਕੰਮ ਆ ਘਰਦਿਆਂ ਦਾ ਕੋਈ ਬਿਜ਼ਨਸ ਆ ਬੱਚੇ ਨੇ ਸਿਰਫ ਸਾਨੂੰ ਆ ਕੇ ਦੱਸਣਾ ਵੀ ਜਦੋਂ ਜਿਹੜਾ ਗੈਪ ਐ ਉਸ ਦੌਰਾਨ ਬੱਚਾ ਕੀ ਕਰ ਰਿਹਾ ਸੀ ਤੇ ਅਸੀਂ ਉਹਦੀ ਹੈਲਪ ਕਰਾਂਗੇ ਵੀ ਉਸ ਗੈਪ ਨੂੰ ਕਿਸ ਤਰੀਕੇ ਨਾਲ ਜਸਟੀਫ ਕਰਨਾ ਹੈ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਬੱਚੇ ਦਾ ਜਿਹੜਾ ਗੈਪ ਹੈ ਉਹ ਜਸਟੀਫ ਕਰਾਉਣਾ ਹੈ ਕੈਮਰਾਮੈਨ ਮੈਂ ਆਪਾਂ ਗੱਲ ਕਰ ਰਹੇ ਸੀ ਕਿ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਗੈਪ ਜਿਹੜਾ ਹੈ ਹੋਰਾਂ ਮੁਲਕਾਂ 'ਚ ਵੀ ਅਸੈਪਟ ਹੁੰਦਾ ਹੈ ਉਹਨਾਂ 'ਚ ਵੀ ਤੁਸੀਂ ਗੈਪ ਨੂੰ ਐਕਸਪਲੇਨ ਕਰਨ ਦੇ ਵਿੱਚ ਮਦਦ ਕਰਦੇ ਹੋ ਬਿਲਕੁਲ ਮੈਡਮ ਅਸੀਂ ਹਰ ਇੱਕ ਕੰਟਰੀ ਦਾ ਗੈਪ ਜਸਟੀਫਾਈ ਕਰਾਉਣ 'ਚ ਬੱਚੇ ਦੀ ਮਦਦ ਕਰਦੇ ਹਾਂ ਪਰ ਕਿਉਂਕਿ ਅੱਜ ਯੂ ਐਸ ਏ ਦੀ ਅਸੀਂ ਇੱਥੇ ਗੱਲ ਕਰ ਰਹੇ ਹਾਂ ਤਾਂ ਮੈਂ ਜਿਹੜੇ ਬੱਚੇ ਯੂ ਐਸ ਏ ਸਟੱਡੀ ਕਰਨ ਲਈ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਹਿਣਾ ਚਾਹਾਂਗੀ ਕਿ ਤੁਹਾਡਾ 5 ਸਾਲ ਦਾ ਗੈਪ ਹੈ ਤੁਹਾਡਾ 10 ਸਾਲ ਦਾ ਗੈਪ ਹੈ ਸਾਨੂੰ ਆ ਕੇ ਦੱਸੋ ਵੀ ਤੁਸੀਂ ਉਸ ਗੈਪ ਦੇ ਦੌਰਾਨ ਕੀਤਾ ਕੀ ਹੈ ਤੁਸੀਂ ਕੋਈ ਫੈਮਿਲੀ ਬਿਜ਼ਨਸ ਕੀਤਾ ਤੁਸੀਂ ਕੋਈ ਜੌਬ ਕਰ ਰਹੇ ਸੀ ਤੁਸੀਂ ਕੋਈ ਖੇਤੀਬਾੜੀ ਕਰ ਰਹੇ ਸੀ ਸਾਨੂੰ ਸੱਚ-ਸੱਚ ਦੱਸੋ ਆ ਕਿ ਅਸੀਂ बच्चे ਦਾ ਗੈਪ ਜਸਟੀਫਾਈ ਕ੍ਰਾਉਨ ਚ ਬਿਲਕੁਲ ਮਦਦ ਕਰਦੇ ਆ ਕਿਉਂਕਿ ਸਾਰੀ ਕੰਟਰੀਜ਼ ਨੇ ਮੈਮ ਜਿਹੜੀਆਂ ਉਹ ਗੈਪ ਦੀ ਪ੍ਰੋਪਰ ਐਕਸਪਲੇਨੇਸ਼ਨ ਮੰਗਦੀਆਂ ਨੇ ਕਿ ਬੱਚੇ ਨੇ ਉਸ ਦੌਰਾਨ ਕੀਤਾ ਕੀ ਹੈ ਤਾਂ ਕਿ ਆ ਰਾਈਟ ਠੀਕ ਹੈ ਤਾਂ ਜੇ ਗੈਪ ਐਕਸਪਲੇਨੇਸ਼ਨ ਹੋਏਗੀ ਤਾਂ ਅਪ ਟੂ ਚਾਹੇ 5 ਇਅਰ ਹੈ 10 ਇਅਰ ਹੈ ਗੈਪ ਅਸੈਪਟ ਹੋ ਜਾਏਗਾ ਔਰ ਯੂ ਐਸ اے ਤਾਂ ਅਸੈਪਟੇਬਲ ਕਰੇਗਾ ਹੀ ਕਰੇਗਾ ਮੈਮ ਸਪਾਊਸ ਬਾਰੇ ਕੁਝ ਗਾਈਡ ਕਰਨਾ ਚਾਹੋਗੇ ਯੂ ਐਸ ਐ ਸਪਾਊਸ ਚਾਹ ਸਕਦਾ ਹੈ ਹਾਂਜੀ ਮੈਡਮ ਵੈਸੀ ਕ੍ਰਾਈਟੇਰੀਆ ਹੈਗਾ ਆ ਕਿ F1 ਤੇ F2 ਅਪਲਾਈ ਕਰ ਸਕਦੇ ਨੇ ਇਕੱਠੇ ਪਰ ਅਸੀਂ ਰეკਮੈਂਡ ਨਹੀਂ ਕਰਦੇ ਅਸੀਂ ਕਹਿੰਦੇ ਆ ਵੀ ਇੱਕ ਵਾਰੀ F1 ਵੀਜ਼ਾ ਲੱਗ ਜੇ ਮੇਨ ਐਪਲੀਕੈਂਟ ਹੈ ਜਿਹੜਾ ਉਹ ਜਾ ਕੇ ਆਪਣੀ ਯੂਨੀਵਰਸਿਟੀ ਕਾਲਜ ਜੁਆਇਨ ਕਰ ਲੇ ਫੇਰ ਅਸੀਂ F2 ਵੀਜ਼ਾ ਲਵਾ ਦਿੰਦੇ ਆ ਸਪਾਊਸ ਤੇ ਬੱਚਿਆਂ ਨੂੰ ਵੀ ਨਾਲ ਪੇ ਸਕਦੇ ਆ ਓਕੇ ਇੱਕ ਵਾਰੀ ਯੂਨੀਵਰਸਿਟੀ ਜੁਆਇਨ ਕਰ ਲੈਣ ਜੀ ਠੀਕ ਹੈ ਬਾਬਾ ਸ਼ੁਕਰੀਆ ਆਮਨ ਮੈਮ ਨਾਲ ਜੁੜਨ ਦੇ ਲਈ ਗੱਲਬਾਤ ਕਰਨ ਦੇ ਲਈ ਥੋੜਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਔਰ ਸਾਡੇ ਜਿਹੜੇ ਦਰਸ਼ਕ ਨੇ ਸਾਡੇ ਕੋਲ ਸਮਾਂ ਦੀ ਥੋੜੀ ਜਿਹੀ ਘਾਟ ਹੈ ਇਸ ਕਰਕੇ ਅਸੀਂ ਤੁਹਾਡੇ ਨਾਲ ਜੜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਹੋਰ ਜਿਹੜੀਆਂ ਮੋਰ ਇਨਫੋਰਮੇਸ਼ਨਸ ਨੇ ਤੁਹਾਨੂੰ ਅਗਲੀ ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਤੁਸੀਂ ਫਿਲਹਾਲ ਵਿਦਾਊਟ ਆਇਲਸ ਜੇਕਰ ਅਪਲਾਈ ਕਰਨਾ ਚਾਹੁੰਦੇ ਹੋ ਗੈਪ ਦੀ ਜਸਟੀਫਿਕੇਸ਼ਨ ਤੁਹਾਡੇ ਕੋਲ ਹੈਗੀ ਹੈ ਗੈਪ ਐਕਸਪਲੇਨ ਕਰਨ ਜੋਗੇ ਹੈਗੇ ਹੋ ਤਾਂ ਵੀ ਤੁਸੀਂ ਯੂਐਸਏ ਅਪਲਾਈ ਕਰ ਸਕਦੇ ਹੋ ਲੋਅ ਅਕੈਡਮਿਕਸ ਦੇ ਨਾਲ ਵੀ ਯੂਐਸਏ ਤੁਹਾਡਾ ਵੈਲਕਮ ਕਰੇਗਾ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਜਾਂ ਫ ਬ੍ਰਾਂਚ ਦੇ ਵਿੱਚ ਫਸਟ ਕਰ ਸਕਦੇ ਹਾਂ ਅਸੀਂ ਫਿਰ ਤੋਂ ਆਜ਼ਰ ਹੋਵਾਂਗੇ ਧਿਆਨ ਰੱਖੋ ਜੀ ਸਬਸਕ੍ਰਾਈਬ ਕਰ